ਪੰਜਾਬੀ ਰੇਡੀਓ ਜੀ ਵਾਸਤੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਜੀ ਪ੍ਰੋਗਰਾਮ ਖਬਰ 'ਤੇ ਨਜ਼ਰ। ਖਬਰ 'ਤੇ ਨਜ਼ਰ ਪ੍ਰੋਗਰਾਮ ਵਿੱਚ ਸਾਡੇ ਨਾਲ ਹੋਣਗੇ ਬਲਤੇਜ਼ ਪੰਨੂ। ਕੁਝ ਖਬਰਾਂ ਬਾਰੇ ਕਰਾਂਗੇ ਗੱਲਬਾਤ। ਗੱਲਬਾਤ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪੋਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ ਜੀ। ਸੂਬੇਦਾਰ ਸਰਜੀਤ ਸਿੰਘ ਜੀ ਖੰਗੂੜਾ ਅਤੇ ਪਰਿਵਾਰ ਸੈਨੂਜੇ ਤੋਂ, ਖਾਲਸਾ ਇੰਸ਼ੋਰੈਂਸ ਏਜੰਸੀ ਸੈਨੂਜੇ ਤੋਂ, ਗੁਰਦੀਪ ਸਿੰਘ ਵਿਰਦੀ ਕਲੋਵਸ ਤੋਂ, ਨਵਜੋਤ ਕੌਰ ਕਲੋਟੀ ਦੇ ਪਰਿਵਾਰ ਜੋ ਬਸੜੀ ਤੋਂ, ਸਤਨਾਮ ਸਿੰਘ ਸ਼ੇਰਗਿੱਲ ਅਤੇ ਪਰਿਵਾਰ ਸਲਮਾ ਤੋਂ, ਸੁਰਿੰਦਰ ਕੌਰ ਧਾਮੀ ਅਤੇ ਪਰਿਵਾਰ ਸੀਰਸ ਤੋਂ, ਮੱਖਣ ਸਿੰਘ ਮਾਨ ਵਿਸਕਾਂਸਨ ਤੋਂ, ਸੁਰਿੰਦਰ ਸਿੰਘ ਕਾਲੋਂ ਰੈਂਚੋ ਕਡੋਵਾ ਤੋਂ, ਕਾਬਲ ਸਿੰਘ ਬੈਂਸ ਮੋਡੈਸਟੋ, ਦਲਵੀਰ ਸਿੰਘ ਗਿੱਲ ਲਾਈਵਬੁੱਕ ਤੋਂ। ਬਹੁਤ ਬਹੁਤ ਇਹਨਾਂ ਦੇ ਧੰਨਵਾਦੀ, ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ ਜੀ। ਅਤੇ ਹੁਣ ਗੱਲਬਾਤ ਕਰਦੇ ਜੀ ਬਲਤੇਜ਼ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਹਾਂ, ਅਤੇ ਬਲਤੇਜ਼ ਪੰਨੂ ਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਮਾਤਾ ਚੰਦ ਕੌਰ, ਜਿਸ 'ਤੇ ਗੋਲੀਆਂ ਚਲਾ ਕੇ ਉਹਨਾਂ ਦੀ ਹੱਤਿਆ ਕਰ ਦਿੱਤੀ ਗਈ ਸੀ, ਪਰ ਪੁਲਿਸ ਨੂੰ ਕੁਛ ਵੀ ਹੱਥ ਨਹੀਂ ਆਇਆ ਹਜੇ। ਇਹ ਮਾਮਲਾ ਜਿਹੜਾ ਦੀ ਬਿਲਕੁਲ ਆਈ ਥਿੰਕ ਚੌਥਾ ਦਿਨ ਜਿਹੜਾ ਦੀ ਉਹ ਹੋ ਗਿਆ, ਔਰ ਅਜੇ ਤੱਕ ਪੁਲਿਸ ਜਿਹੜੀ ਆ ਦੀ ਉਹ ਤੁਸੀਂ ਇਹ ਕਹਿ ਲਓ ਕਿ ਅੱਕੀ ਪਲਾਹੀ ਹੱਥ ਜਿਹੜਾ ਦੀ ਉਹ ਮਾਰ ਰਹੀ ਹੈ। ਪੁਲਿਸ ਦੇ ਹੱਥ ਪੱਲੇ ਜਿਹੜਾ ਦੀ ਉਹ ਕੁਛ ਵੀ ਨਹੀਂ ਪਿਆ। ਸ਼ਾਇਦ ਉਹਦਾ ਰੀਜ਼ਨ ਜਿਹੜਾ ਦੀ ਇਹ ਕਿਹਾ ਜਾ ਸਕਦਾ ਹੈ ਕਿ ਇਹ ਪ੍ਰੋਫੈਸ਼ਨਲ ਕਤਲ ਜਿਹੜਾ ਸੀਗਾ ਜੀ, ਪ੍ਰੋਫੈਸ਼ਨਲ ਤਰੀਕੇ ਦੇ ਨਾਲ ਕੀਤਾ ਗਿਆ। ਪਹਿਲਾਂ ਵੀ ਸਾਂਝੀ ਕੀਤੀ ਸੀ ਗੱਲ ਕਿ ਜਿਹੜੀ ਜਗ੍ਹਾ ਚੁਣੀ ਗਈ ਉਸ ਜਗ੍ਹਾ ਦੇ ਉੱਤੇ ਕੋਈ CCTV ਕੈਮਰੇ ਜਿਹੜੇ ਉਹ ਨਹੀਂ ਸੀਗਾ ਜੀ, ਨਾ ਉਸ ਜਗ੍ਹਾ ਦੇ ਉੱਤੇ ਬਹੁਤੀ ਆਵਾਜਾਈ ਜਿਹੜੀ ਹੈ ਜੀ ਉਹ ਰਹਿੰਦੀ ਆ। ਜਿਹੜੇ ਪੰਜਾਬ ਪੁਲਿਸ ਦੇ ਮੁਖੀ ਨੇ ਉਹਨਾਂ ਨੇ ਵੀ ਭੈਣੀ ਸਾਹਿਬ ਦਾ ਦੌਰਾ ਜਿਹੜਾ ਦੀ ਉਹ ਕੀਤਾ, ਇਹ ਕਿਹਾ ਕਿ ਬੜੇ ਕਲੋਜ਼ਲੀ ਵਾਚ ਜਿਹੜਾ ਦੀ ਸਾਰਾ ਕੁਝ ਪੁਲਿਸ ਕਰ ਰਹੀ ਆ, ਔਰ ਛੇਤੀ ਕਾਤਲਾਂ ਤੱਕ ਜਿਹੜਾ ਦੀ ਉਹ ਪਹੁੰਚ ਜਾਊਗੀ। ਉਹਨਾਂ ਨੇ ਜਿਹੜੀ ਕਲੱਬ ਕਾਰ ਚਲਾਉਣ ਵਾਲਾ ਜੀ ਕਰਤਾਰ ਸਿੰਘ ਜਿਹੜਾ ਉਸ ਟਾਈਮ ਨਾਲ ਸੀਗਾ, ਉਹਦੇ ਤੋਂ ਵੀ ਉਹਦੇ ਨਾਲ ਜਿਹੜੀ ਹੈ ਜੀ ਉਹ ਗੱਲਬਾਤ ਕੀਤੀ ਹੈ, ਔਰ ਉਹਨੂੰ ਪੁੱਛਿਆ ਜੀ ਕਿ ਕਿਹੜੇ ਕਿਸ ਤਰ੍ਹਾਂ ਦੇ ਜਿਹੜੇ ਉਹ ਲੋਕ ਸਨ। ਔਰ ਜਿਹੜੀ ਪੁਲਿਸ ਹੈ ਜੀ ਉਹ ਇਹ ਕਹੀ ਜਾ ਰਹੀ ਹੈ ਕਿ ਸ਼ਾਇਦ ਉਹ ਉੱਥੋਂ ਨਿਕਲ ਗਏ ਨੇ, ਨਾਲ ਦੀ ਨਾਲ ਇਸ ਥਿਊਰੀ 'ਤੇ ਵੀ ਕੰਮ ਕਰ ਰਹੇ ਨੇ ਕਿ ਉਹ ਉੱਥੇ ਹੀ ਨੇੜੇ ਤੇੜੇ ਜਿਹੜਾ ਜੀ ਉਹ ਕਿਤੇ ਦੱਸੇ ਜਾਂਦੇ ਨੇ ਜੀ। ਔਰ ਇਹ ਜਿਹੜੀ ਪੁਲਿਸ ਹੈ ਜੀ ਉਹ ਇਹ ਕਹਿ ਰਹੀ ਹੈ ਕਿ ਉਹਦੇ ਕੋਲ ਕੁਛ ਕਲੂ ਹੈਗੇ ਨੇ, ਪਰ ਲੱਗਦਾ ਨਹੀਂ ਕਿ ਕਿਸੇ ਕਿਸਮ ਦੇ ਕੋਈ ਕਲੂ ਜਿਹੜੇ ਉਹ ਉਹਨਾਂ ਕੋਲ ਹੈਗੇ ਨੇ। ਦੂਜੇ ਪਾਸੇ ਚੰਦ ਕੌਰ ਦੇ ਭੋਗ ਜਿਹੜਾ ਪੈਣੇ ਜੀ ਉਹਨੂੰ ਲੈ ਕੇ ਦੋਵੇਂ ਭਰਾ ਜਿਹੜੇ ਜੀ ਉਹ ਫੇਰ ਆਹਮੋ ਸਾਹਮਣੇ ਨੇ। ਜਿਹੜਾ ਵਿਰੋਧੀ ਧੜਾ ਜੀ ਉਹਨੇ ਇਹ ਕਹਿਤਾ ਕਿ ਅਸੀਂ ਇਹਨਾਂ ਵੱਲੋਂ ਜਿਹੜਾ ਕਰਾਇਆ ਜਾ ਰਿਹਾ ਸਮਾਗਮ ਹੈ ਉਹਦੇ ਵਿੱਚ ਸ਼ਾਮਿਲ ਨਹੀਂ ਹੋਵਾਂਗੇ, ਚੰਦ ਕੌਰ ਹੋਰਾਂ ਦੇ ਜਿਹੜੇ ਭੋਗ ਨੇ ਉਹ ਅਸੀਂ ਵੱਖਰੇ ਤੌਰ ਦੇ ਉੱਤੇ ਜਿਹੜਾ ਉਹ ਪਾਵਾਂਗੇ। ਜਿਹੜੀ ਟੈਨਸ਼ਨ ਆ ਉਹ ਭੈਣੀ ਸਾਹਿਬ ਦੇ ਵਿੱਚ ਕ੍ਰੀਏਟ ਹੋਈ ਹੋਈ ਆ। ਜਿਹੜਾ ਵਿਰੋਧੀ ਧੜਾ ਹੈ ਉਹਦੇ ਜਿਹੜੇ ਹਮਾਇਤੀ ਨੇ ਉਹਨਾਂ ਦੇ ਘਰਾਂ ਦੇ ਉੱਤੇ ਹਮਲੇ ਵੀ ਜਿਹੜੇ ਨੇ ਉਹ ਕੁਛ ਥਾਵਾਂ ਦੇ ਉੱਤੇ ਕੀਤੇ ਗਏ ਨੇ। ਭੈਣੀ ਸਾਹਿਬ ਦੇ ਵਿੱਚ ਜਿਹੜੇ ਲੋਕ ਮੌਜੂਦ ਨੇ ਉਹਨਾਂ ਦੇ ਵੱਲੋਂ ਦੂਜੇ ਧੜੇ ਦੇ ਜਿਹੜਾ ਜੀ ਉਹ ਉੱਤੇ, ਔਰ ਸਿੱਧਮ ਸਿੱਧਾ ਨਾਂ ਜਿਹੜਾ ਹੈ ਜੀ ਉਹ ਵੱਡੇ ਭਰਾ ਦਾ ਹੀ ਲੋਕ ਜਿਹੜਾ ਲੈ ਰਹੇ ਨੇ, ਪਰ ਪੁਲਿਸ ਜਿਹੜੀ ਹੈ ਜੀ ਉਹਦੇ ਵੱਲੋਂ ਅਜੇ ਆਫਿਸ਼ੀਅਲੀ ਤੌਰ ਦੇ ਉੱਤੇ ਕੋਈ ਨਾਮ ਜਿਹੜਾ ਜੀ ਉਹ ਨਹੀਂ ਦੱਸਿਆ ਗਿਆ, ਨਾ ਇਹ ਦੱਸਿਆ ਗਿਆ ਜੀ ਕਿ ਕਿਹੜੇ ਕਿਹੜੇ ਕਲੂ ਉਹਨਾਂ ਦੇ ਕੋਲ ਹੈਗੇ ਨੇ ਜੀ। ਅਜੇ ਤਾਂ ਅੱਗੇ ਆਪਾਂ ਗੱਲ ਕਰਦੇ ਹਾਂ ਜਿਹੜੀਆਂ ਵੋਟਾਂ ਨੇ, 8 ਲੱਖ ਵੋਟਾਂ ਕਹਿੰਦੇ ਘੱਟ ਗਈਆਂ ਕਿਉਂਕਿ ਆਧਾਰ ਕਾਰਡ ਦੇ ਕਾਰਨ ਕਰਕੇ। ਐਕਚੁਲੀ ਬਿਲਕੁਲ ਜੀ, ਇਹ ਜਿਹੜਾ ਚੋਣ ਕਮਿਸ਼ਨ ਆ ਜੀ ਉਹ ਸਰਗਰਮ ਹੋ ਗਿਆ ਕਾਫੀ ਇਸ ਵੇਲੇ ਪੰਜਾਬ ਦੇ ਵਿੱਚ, ਔਰ ਉਹਨੇ ਇਹ ਗੱਲ ਜਿਹੜੀ ਇਹਦੀ ਆਖੀ ਆ ਕਿ ਇੱਕ ਤਾਂ ਜਿਹੜੇ 18 ਤੋਂ ਲੈ ਕੇ 19 ਸਾਲ ਦੇ ਨੌਜਵਾਨ ਨੇ ਜਿਨ੍ਹਾਂ ਨੇ ਪਹਿਲੀ ਵਾਰੀ ਵੋਟ ਜਿਹੜੀ ਆ ਉਹ ਪਾਉਣੀ ਆ, ਉਹਨਾਂ ਦੀਆਂ ਸਾਰਿਆਂ ਦੀਆਂ ਵੋਟਾਂ ਜਿਹੜੀਆਂ ਬਣਾਈਆਂ ਜਾਣ, ਇਹ ਸਭ ਤੋਂ ਵੱਡੀ ਉਹਨਾਂ ਦੇ ਵਾਸਤੇ ਚੈਲੰਜ ਜਿਹੜਾ ਦੀ ਉਹ ਕਿਹਾ ਜਾ ਸਕਦਾ ਹੈ। 11 ਲੱਖ ਦੇ ਕਰੀਬ, 11 ਲੱਖ ਤੋਂ ਉੱਪਰ, 11.5 ਲੱਖ ਦੇ ਕਰੀਬ ਕਰੀਬ ਜਿਹੜੀਆਂ ਇਹ ਵੋਟਾਂ ਬਣਨੀਆਂ ਨੇ ਨਵੀਆਂ, ਔਰ ਅਜੇ ਤੱਕ ਸਿਰਫ 2.25 ਲੱਖ ਜਿਹੜੀਆਂ ਉਹ ਬਣੀਆਂ ਨੇ। ਇੱਕ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਦੀ ਉਹ ਵੋਟਾਂ ਬਣਨੀਆਂ ਰਹਿੰਦੀਆਂ ਨੇ, ਪਰ ਦੂਜੇ ਪਾਸੇ ਇੱਕ ਵੱਡੀ ਅਚੀਵਮੈਂਟ ਜਿਹੜੀ ਆ ਦੀ ਉਹ ਚੋਣ ਕਮਿਸ਼ਨ ਦੀ ਇਹ ਹੈ ਕਿ 8 ਲੱਖ ਵੋਟਾਂ ਜਿਹੜੀਆਂ ਦੀ ਉਹ ਕੱਟੀਆਂ ਗਈਆਂ ਨੇ। ਇਹਦੇ ਵਿੱਚੋਂ ਬਹੁਤੀਆਂ ਵੋਟਾਂ ਜਿਹੜੀਆਂ ਬੋਗਸ ਸਨ, ਕੁਛ ਉਹ ਵੋਟਾਂ ਸਨ ਜੀ ਜਿਹੜੇ ਲੋਕ ਦੁਨੀਆਂ ਤੋਂ ਤੁਰ ਗਏ ਨੇ ਉਹਨਾਂ ਦੀ ਵੋਟ ਜਿਹੜੀ ਉਹ ਅਜੇ ਵੀ ਚੱਲੀ ਜਾਂਦੀ ਸੀਗੀ ਅਤੇ ਉਹਨੂੰ ਵੀ ਜਿਹੜਾ ਉਹ ਕਿਤੇ ਨਾ ਕਿਤੇ ਯੂਜ਼ ਕਰ ਲਿਆ ਜਾਂਦਾ ਸੀਗਾ। ਜਿਹੜਾ ਆਧਾਰ ਕਾਰਡ ਬਣਿਆ ਇਹ ਵੀ ਇੱਕ ਬਹੁਤ ਵੱਡੀ ਗੱਲ ਹੈ ਜੀ ਕਿ 100 ਕਰੋੜ ਬੰਦੇ ਦਾ ਆਧਾਰ ਕਾਰਡ ਜਿਹੜਾ ਸਮੁੱਚੇ ਮੁਲਕ ਦੇ ਵਿੱਚ ਬਣ ਗਿਆ ਹੋਇਆ।
ਕਿਸੇ ਟਾਈਮ ਭਾਰਤੀ ਜਨਤਾ ਪਾਰਟੀ ਇਹਦੇ ਕੱਟੜ ਵਿਰੋਧੀ ਰਹੀ ਹੈ ਆਧਾਰ ਕਾਰਡ ਦੀ ਕਿ ਨਹੀਂ ਬਣਨਾ ਚਾਹੀਦਾ। ਹੁਣ ਉਹ ਆਪਣੀ ਅਚੀਵਮੈਂਟ ਜਿਹੜੀ ਹੈ ਜੀ ਇਹਨੂੰ ਦੱਸ ਰਹੀ ਹੈ ਕਿ 100 ਕਰੋੜ ਜਿਹੜਾ ਜੀ ਉਹਨੇ ਬਣਾ ਦਿੱਤਾ। ਇਹਨੂੰ ਜੋੜ ਦਿੱਤਾ ਗਿਆ ਜੀ ਜਿਵੇਂ ਗੈਸ ਕਨੈਕਸ਼ਨ ਉਹਦੇ ਨਾਲ ਜੋੜਿਆ ਗਿਆ ਅਤੇ ਅੱਗੋਂ ਵੋਟ ਦੇ ਨਾਲ ਜਿਹੜਾ ਜੀ ਇਹਨੂੰ ਜੋੜਿਆ ਗਿਆ। ਔਰ ਵੋਟ ਦੇ ਨਾਲ ਜੁੜਨ ਤੋਂ ਬਾਅਦ ਜਿਹੜੇ ਬੋਗਸ ਸੀਗੇ ਕਿਉਂਕਿ ਉਹਨਾਂ ਦੇ ਆਧਾਰ ਕਾਰਡ ਨਹੀਂ ਬਣ ਸਕੇ, ਫਿੰਗਰਪ੍ਰਿੰਟਸ ਵਗੈਰਾ ਸਾਰਾ ਕੁਛ ਉੱਥੇ ਲੱਗਦਾ, ਤਾਂ ਉਹਦੇ ਕਰਕੇ ਜਿਹੜੀ ਉਹਨਾਂ ਦੀ ਵੋਟ ਜਿਹੜੀ ਉਹ ਖਤਮ ਹੋ ਗਈ। ਜਿਹੜੇ ਲੋਕ ਦੁਨੀਆ ਤੋਂ ਤੁਰ ਗਏ ਉਹਨਾਂ ਦੇ ਆਧਾਰ ਕਾਰਡ ਜਿਹੜੇ ਨਹੀਂ ਬਣੇ ਔਰ ਉਹ ਵੋਟਾਂ ਜਿਹੜੀਆਂ ਸੀਗੀਆਂ ਉਹ ਕੱਟੀਆਂ ਗਈਆਂ। ਸੋ ਇਹ ਕਿਹਾ ਜਾ ਸਕਦਾ ਜੀ ਕਿ ਇਹ ਇੱਕ ਵੱਡੀ ਅਚੀਵਮੈਂਟ ਹੈ। 8 ਲੱਖ ਵੋਟ ਕੋਈ ਥੋੜ੍ਹੀ ਨਹੀਂ ਹੁੰਦੀ ਜੀ, ਬਹੁਤ ਵੱਡਾ ਫਰਕ ਜਿਹੜਾ ਜੀ ਉਹ ਪਾ ਦਿੰਦੀ ਹੈ। ਪਰ ਇਹ ਕੱਟੀ ਗਈ ਹੈ ਜੀ ਕੁਛ ਬੋਗਸ ਹੋਣ ਕਰਕੇ ਅਤੇ ਕੁਛ ਦੁਨੀਆ ਤੋਂ ਤੁਰ ਗਏ ਹੋਣ ਕਰਕੇ। ਅਸਲ 'ਚ ਬੋਗਸ ਜਿਹੜੀਆਂ ਨੇ ਉਹ ਜ਼ਿਆਦਾ ਸਨ ਵੋਟਾਂ ਜੀ। ਹਾਂਜੀ ਬਿਲਕੁਲ, ਕਈ ਤਾਂ ਜਿੱਤਦੇ ਹੀ ਇਹਨਾਂ ਦੇ ਸਿਰ 'ਤੇ ਸੀਗੇ। ਅਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਸਾਬਕਾ ਵਿਧਾਇਕ ਗੁਰਪ੍ਰੀਤ ਕਾਂਗੜ ਦੀ, ਉਹਨਾਂ ਨੇ ADC 'ਤੇ ਗੰਭੀਰ ਦੋਸ਼ ਲਾਏ। ਬਿਲਕੁਲ ਜੀ, ਮਾਲਵਾ ਜ਼ੋਨ ਦੇ ਪ੍ਰਧਾਨ ਨੇ ਜੀ ਗੁਰਪ੍ਰੀਤ ਸਿੰਘ ਕਾਂਗੜ ਹੋਰੀ, ਉਹਨਾਂ ਨੇ ਇਹ ਕਿਹਾ ਜੀ ਕਿ ਉਹਨਾਂ ਦਾ ਜਿਹੜਾ ਅਸਲੇ ਦਾ ਲਾਇਸੈਂਸ ਹੈ ਉਹ ਰਿਨਿਊ ਨਹੀਂ ਕੀਤਾ ਜਾ ਰਿਹਾ। ਉਹਦੇ ਇਹਦੇ ਵਿੱਚ ਅੜਿੱਕਾ ਜਿਹੜਾ ਜੀ ਉਹ ADC ਬਠਿੰਡੇ ਜਿਹੜੇ ਨੇ ਜੀ ਉਹ ਅੜਾ ਰਹੇ ਨੇ, ਅਤੇ ਇਹ ਹੈਗੇ ਨੇ ਜੀ ਪਰਮਪਾਲ ਕੌਰ ਸਿੱਧੂ ਜਿਹੜੇ ਕਿ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਹੋਰਾਂ ਦੀ ਨੂੰਹ ਨੇ, ਜਿਹੜੇ ਪਿੱਛੇ ਦੇ IAS ਬਣੇ ਨੇ, ਅਤੇ ਉਹਨਾਂ ਨੂੰ ADC ਜਿਹੜਾ ਜੀ ਉਹ ਬਠਿੰਡੇ ਦੇ ਵਿੱਚ ਜਿਹੜਾ ਉਹ ਲਾਇਆ ਗਿਆ। ਹੁਣ ਪ੍ਰੈਸ ਕਾਨਫਰੰਸ ਕਰਕੇ ਗੁਰਪ੍ਰੀਤ ਕਾਂਗੜ ਹੋਰਾਂ ਨੇ ਜਿਹੜਾ ਜੀ ਇਹ ਗੱਲ ਆਖੀ ਆ ਕਿ ਉਹਨਾਂ ਦੇ ਖਿਲਾਫ January 12 ਦੇ ਵਿੱਚ ਥਾਣਾ ਦਿਆਲਪੁਰਾ ਦੇ ਵਿੱਚ ਇੱਕ ਮਾਮਲਾ ਜਿਹੜਾ ਜੀ ਜ਼ਰੂਰ ਦਰਜ ਹੋਇਆ ਸੀਗਾ, ਪਰ ਬਾਅਦ ਦੇ ਵਿੱਚ ਅਬਜ਼ਰਵਰ ਦੀ ਵੀਡੀਓ ਟੀਮ ਨੇ ਸਬੂਤਾਂ ਦੇ ਆਧਾਰ ਦੇ ਉੱਤੇ ਪੁਲਿਸ ਨੇ ਇਹ ਧਾਰਾ ਜਿਹੜੀ ਉਹ ਹਟਾ ਲਈ ਸੀਗੀ। ਔਰ ਉਹਨਾਂ ਕਿਹਾ ਕਿ ਹੁਣ ਉਹਨਾਂ ਦਾ ਜਾਣ ਬੁੱਝ ਕੇ ਜਿਹੜਾ ਅਸਲੇ ਦਾ ਲਾਇਸੈਂਸ ਹੈ ਉਹ ਰੀਨਿਊ ਜਿਹੜਾ ਜੀ ਉਹ ਨਹੀਂ ਕੀਤਾ ਜਾ ਰਿਹਾ। ਔਰ ਉਹਨਾਂ ਨੇ ਇਹ ਕਿਹਾ ਜੀ ਕਿ ਜਨਵਰੀ ਦੇ ਵਿੱਚ SSP ਬਠਿੰਡਾ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਚਿੱਠੀ ਭੇਜ ਕੇ ਅਸਲਾ ਲਾਇਸੈਂਸ ਰਿਨਿਊ ਕਰਨ ਦੇ ਸਿਫਾਰਿਸ਼ ਕੀਤੀ ਸੀਗੀ, ਪਰ ਇਹ ਅੱਗੋਂ ਮੰਨੀ ਨਹੀਂ ਜਾ ਰਹੀ। ਜਦੋਂ ਕਿ ਦੂਜੇ ਪਾਸੇ ਜਿਹੜੇ ADC ਨੇ ਪਰਮਪਾਲ ਕੌਰ ਸਿੱਧੂ ਉਹ ਇਹ ਕਹਿੰਦੇ ਨੇ ਕਿ ਅਸਲਾ ਲਾਇਸੈਂਸ ਰਿਨਿਊ ਕਰਨ ਦੀ ਕੋਈ ਸਿਫਾਰਿਸ਼ ਜਿਹੜੀ ਆ ਉਹ ਨਹੀਂ ਕੀਤੀ ਗਈ, ਔਰ ਉਹਨਾਂ ਨੇ ਮੈਰਿਟ ਦੇ ਆਧਾਰ ਦੇ ਉੱਤੇ ਜਿਹੜਾ ਜੀ ਇਹ ਫੈਸਲਾ ਕੀਤਾ। ਔਰ ਸਭ ਨੂੰ ਪਤਾ ਜੀ ਕਿ ਗੁਰਪ੍ਰੀਤ ਸਿੰਘ ਕਾਂਗੜ ਅਤੇ ਸਿਕੰਦਰ ਸਿੰਘ ਮਲੂਕਾ ਹੋਰਾਂ ਦੇ ਵਿਚਾਲੇ ਕਿਹੋ ਜਿਹੀ ਕਸ਼ਮਕਸ਼ ਜਿਹੜੀ ਹੈ ਜੀ ਉਹ ਰਾਮਪੁਰਾ ਫੂਲ ਹਲਕੇ ਦੇ ਵਿੱਚ ਪਿਛਲੇ ਸਮੇਂ ਦੇ ਦੌਰਾਨ ਵੀ ਰਹੀ ਹੈ ਜੀ। ਇਹ ਮਾਮਲਾ ਜਿਹੜਾ ਜੀ ਸਿਆਸੀ ਰੰਗਤ ਇਸ ਵੇਲੇ ਧਾਰਨ ਕਰਦਾ ਜਾ ਰਿਹਾ। ਮਨਪ੍ਰੀਤ ਸਿੰਘ ਬਾਦਲ ਜਿਹੜੇ ਕਾਂਗਰਸ ਦੇ ਆਗੂ ਨੇ ਹੁਣ ਉਹਨਾਂ ਨੇ ਵੀ ਇਹ ਗੱਲ ਜਿਹੜੀ ਆਖੀ ਹੈ ਕਿ ਇਹ ਜਿਹੜਾ ਉਹਨਾਂ ਦਾ ਅਸਲਾ ਜਿਹੜਾ ਲਾਇਸੈਂਸ ਹੈ ਉਹਨੂੰ ਨਿਊ ਜਿਹੜਾ ਦੀ ਜਾਣ ਬੁੱਝ ਕੇ ਨਹੀਂ ਕੀਤਾ ਜਾ ਰਿਹਾ, ਅਤੇ ਇਹ ਸਿਆਸਤ ਤੋਂ ਪ੍ਰੇਰਿਤ ਜਿਹੜਾ ਦੀ ਹੈ। ਉਹਨਾਂ ਨੇ ਕਿਹਾ ਕਿ ਕਾਂਗਰਸ ਜਿਹੜੀ ਹੈ ਜੀ ਸਮੁੱਚੀ ਉਹ ਗੁਰਪ੍ਰੀਤ ਸਿੰਘ ਕਾਂਗੜ ਹੋਰਾਂ ਦੀ ਇਸ ਮਾਮਲੇ ਦੇ ਵਿੱਚ ਮਦਦ ਕਰੂਗੀ ਜੀ। ਅਤੇ ਅੱਗੇ ਆਪਾਂ ਗੱਲ ਕਰੀਏ ਜੀ ਪੰਜਾਬ ਸਰਕਾਰ ਦੀ, ਜਿੱਥੇ ਕਿ ਉਹ ਤੀਰਥ ਯਾਤਰਾ 'ਤੇ ਕਰੋੜਾਂ ਰੁਪਏ ਖਰਚ ਰਹੀ ਆ ਜਾਂ ਗੱਡੀਆਂ 'ਤੇ ਕਰੋੜਾਂ ਰੁਪਏ ਖਰਚ ਰਹੀ ਆ, ਪਰ ਜਿਹੜੀ APRTC ਆ ਕਰੋੜਾਂ ਦੇ ਵਿੱਚ ਉਹਦਾ ਬਕਾਇਆ ਨਹੀਂ ਦਿੱਤਾ ਉਹਨਾਂ ਨੇ। ਐਕਚੁਲੀ ਪਿੱਛੇ ਦੇ ਇੱਕ ਚੇਅਰਮੈਨ ਜ਼ਰੂਰ ਲੱਗੇ ਸਨ ਜੀ ਜਿਨ੍ਹਾਂ ਨੇ ਪੈਰਾਂ ਸਿਰ ਕਰਨ ਦੀ ਕੋਸ਼ਿਸ਼ ਕੀਤੀ ਸੀਗੀ PRTC ਨੂੰ, ਅਤੇ ਉਹ ਹੋਣ ਵੀ ਲੱਗੀ ਸੀ, ਪਰ ਉਹ ਫਿਰ ਬਦਲ ਦਿੱਤੇ ਗਏ ਵੀ ਇੱਦਾਂ ਦਾ ਕੰਮ ਕਿਉਂ ਜਿਹੜਾ ਜੀ ਉਹ ਕਰਨਾ। ਸੋ ਪੰਜਾਬ ਸਰਕਾਰ ਦੇ ਵੱਲੋਂ ਸਬਸਿਡੀ ਨਾ ਦੇਣ ਕਰਕੇ PRTC ਜਿਹੜੀ ਆ ਜੀ ਉਹਨੂੰ 225 ਕਰੋੜ ਰੁਪਈਏ ਦੇ ਬੋਝ ਨੇ ਦੱਬ ਲਿਆ ਜੀ। ਔਰ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਦਾ ਵੀ ਕੋਈ ਅਸਰ ਜਿਹੜਾ ਜੀ ਰਾਜ ਸਰਕਾਰ ਦੇ ਉੱਤੇ ਨਹੀਂ ਹੋਇਆ। PRTC ਨੂੰ ਬਿਨਾਂ ਸਬਸਿਡੀ ਵਾਲੀ ਰਾਸ਼ੀ ਮਿਲਣ ਤੋਂ ਕਰੋੜਾਂ ਰੁਪਈਏ ਦੀ ਦੇਣਦਾਰੀ ਤਾਰਨੀ ਜਿਹੜੀ ਔਖੀ ਹੋ ਰਹੀ ਹੈ ਜੀ। 172 ਕਰੋੜ ਰੁਪਈਏ ਦੇ ਬਕਾਏ ਅਤੇ ਹੋਰ ਦੇਣਦਾਰੀਆਂ ਜਿਹੜੀਆਂ ਜੀ ਉਹਨੇ ਦੇਣੀਆਂ। ਜਿਹੜਾ ਜੀ ਵੱਡਾ ਬਕਾਇਆ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਦਾ ਹੈ, ਔਰ ਪੰਜਾਬ ਸਰਕਾਰ ਤੋਂ PRTC ਨੇ ਕੋਈ 90 ਕਰੋੜ ਦੀ ਸਬਸਿਡੀ ਜਿਹੜੀ ਉਹ ਲੈਣੀ ਆ, ਪਰ ਸਰਕਾਰ ਪਿਛਲੇ 1 ਸਾਲ ਤੋਂ ਇਹ ਪੈਸਾ ਜਿਹੜਾ ਜੀ ਉਹ ਨਹੀਂ ਦੇ ਰਹੀ। ਔਰ PRTC ਦੇ ਸਿਰ ਦੇ ਉੱਤੇ ਕਰੀਬ 45 ਕਰੋੜ ਰੁਪਈਏ ਦਾ ਬੈਂਕਾਂ ਦਾ ਕਰਜ਼ਾ ਜਿਹੜਾ ਜੀ ਉਹ ਖੜ੍ਹਾ। RTI ਜਿਹੜੀ ਹੈ ਰਾਈਟ ਟੂ ਇਨਫੋਰਮੇਸ਼ਨ ਐਕਟ ਉਹਦੇ ਤਹਿਤ ਜਿਹੜੀ ਜਾਣਕਾਰੀ ਹੈ ਜੀ ਉਹਦੇ ਮੁਤਾਬਕ ਕਿਲੋਮੀਟਰ ਸਕੀਮ ਵਾਲੀਆਂ ਬੱਸਾਂ ਦੇ ਆਪਰੇਟਰਾਂ ਨੂੰ 7 ਕਰੋੜ ਦੇ ਬਕਾਏ ਤਾਰਨੇ ਔਖੇ ਹੋਏ ਪਏ ਨੇ। ਕਾਰਪੋਰੇਸ਼ਨ ਦੀਆਂ ਬੱਸਾਂ ਦੇ ਹਾਦਸੇ ਜਿਹੜੇ ਨੇ ਜੀ ਉਹਦੀ ਵਜ੍ਹਾ ਕਰਕੇ ਇਸ ਵੇਲੇ ਜਿਹੜਾ ਜੀ ਵੱਡੀ ਮੁਸ਼ਕਲ ਦਾ ਸਾਹਮਣਾ ਉਹ PRTC ਨੂੰ ਜਿਹੜਾ ਜੀ ਉਹ ਕਰਨਾ ਪੈ ਰਿਹਾ। ਕਾਰਪੋਰੇਸ਼ਨ ਦੇ ਡਰਾਈਵਰ ਕੰਡਕਟਰਾਂ ਦੇ ਓਵਰ ਟਾਈਮ ਜਿਹੜੇ ਨੇ ਜੀ ਉਹਦੇ ਵਿੱਚ 3 ਕਰੋੜ ਅਤੇ 81 ਲੱਖ ਰੁਪਈਏ ਦੇ ਬਕਾਏ ਜਿਹੜੇ ਨੇ ਉਹ ਖੜ੍ਹੇ ਨੇ।
ਅੱਗੇ ਵੀ ਇਹ ਗੱਲਾਂ ਜਿਹੜੀਆਂ ਜੀ ਉਹ ਚੱਲੀਆਂ ਨੇ ਕਿ ਸਰਕਾਰੀ ਜਿਹੜੀ ਟਰਾਂਸਪੋਰਟ ਹੈ ਉਹਦਾ ਸੱਤਿਆਨਾਸ਼ ਜਿਹੜਾ ਜੀ ਉਹ ਕਰਨ ਦੀ ਕੋਸ਼ਿਸ਼ ਜਿਹੜੀ ਉਹ ਚੱਲਦੀ ਰਹੀ ਹੈ ਤਾਂ ਕਿ ਪ੍ਰਾਈਵੇਟ ਜਿਹੜੀ ਟਰਾਂਸਪੋਰਟ ਹੈ ਉਹ ਵੱਧਦੀ ਫੁੱਲਦੀ ਰਹੇ। ਤੋ ਇਹ ਉਹਦਾ ਹੀ ਕਿਹਾ ਜਾ ਸਕਦਾ। ਔਰ ਇਹ ਮਾਮਲਾ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਵੀ ਗਿਆ ਸੀਗਾ। ਪੰਜਾਬ ਹਰਿਆਣਾ ਹਾਈ ਕੋਰਟ ਨੇ ਕਿਹਾ ਸੀਗਾ ਸਰਕਾਰ ਨੂੰ ਕਿ ਤੁਰੰਤ ਜਿਹੜਾ ਜੀ ਇਹਦੇ ਬਕਾਇਆ ਜਿਹੜਾ ਰਹਿੰਦਾ ਉਹ ਦਿੱਤਾ ਜਾਵੇ, ਪਰ ਸਰਕਾਰ ਦੇ ਉੱਤੇ ਇਸ ਚੀਜ਼ ਦਾ ਕੋਈ ਅਸਰ ਜਿਹੜਾ ਜੀ ਉਹ ਨਹੀਂ ਹੋਇਆ। ਔਰ ਅਜੇ ਤੱਕ ਜਿਹੜਾ ਜੀ ਸਰਕਾਰ ਨੇ ਇਹ ਪੈਸੇ ਜਿਹੜੇ ਆ ਉਹ ਨਹੀਂ ਤਾਰੇ, ਜਿਹਦੇ ਕਰਕੇ ਵੱਡੀ ਮੁਸ਼ਕਲ ਦੇ ਵਿੱਚ ਇਸ ਵੇਲੇ ਜਿਹੜਾ ਹੈ ਜੀ ਉਹ PRTC ਆਣ ਕੇ ਖੜੀ ਹੋ ਗਈ ਹੈ। ਸ਼ਾਇਦ ਪਬਲਿਕ ਟਰਾਂਸਪੋਰਟ ਜਿਹੜੀ ਹੈ ਜੀ ਉਹਨੂੰ ਨਿਗਲ ਜਾਣ ਵਾਲੀ ਜਿਹੜੀ ਗੱਲ ਹੈ ਉਹ ਸਹੀ ਲਫ਼ਜ਼ ਹੈ, ਇੱਥੇ ਆਲਮੋਸਟ ਨਿਗਲੀ ਗਈ ਹੈ ਜੀ। ਜੀ ਜੀ ਬਿਲਕੁਲ। ਅਤੇ ਅੱਗੇ ਆਪਾਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਗੱਲ ਕਰੀਏ, ਉਹਨਾਂ ਦੀ ਰਿਹਾਈ ਲਈ ਯਤਨ। ਐਕਚੁਲੀ ਜੀ ਬਿਲਕੁਲ ਇਹ ਜਿਹੜੀ ਉਹਨਾਂ ਦੀ ਪੈਰੋਲ ਆ ਇਹਦੇ ਪਹਿਲਾਂ ਵੀ ਯਤਨ ਜਿਹੜੇ ਉਹ ਕੀਤੇ ਗਏ ਸੀਗੇ, ਪਰ ਉਦੋਂ ਇਹ ਸਿਰੇ ਨਹੀਂ ਸੀ ਚੜੇ ਕਿਉਂਕਿ ਉਹਨਾਂ ਦੇ ਉੱਤੇ ਬਟਾਲੇ ਦੇ ਵਿੱਚ ਜਿਹੜਾ ਟਾਡਾ ਦੇ ਅਧੀਨ ਕੇਸ ਸੀਗਾ ਅਤੇ UP ਦੇ ਵਿੱਚ ਇੱਕ ਕੇਸ ਜਿਹੜਾ ਸੀਗਾ ਉਹ ਉੜਿੱਕਾ ਬਣਿਆ ਹੋਇਆ ਸੀ। ਹੁਣ ਟਾਡਾ ਦੀ ਅਦਾਲਤ ਨੇ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਪ੍ਰੋਫੈਸਰ ਦਵਿੰਦਰਪਾਲ ਹੋਰਾਂ ਨੂੰ ਬਰੀ ਕਰ ਦਿੱਤਾ ਜੀ, ਉਹਦੀ ਵਜ੍ਹਾ ਕਰਕੇ ਹੁਣ ਦੁਬਾਰਾ ਫਿਰ ਪੈਰੋਲ ਦੀ ਜਿਹੜੀ ਆ ਜੀ ਉਹ ਯਤਨ ਕੀਤੇ ਜਾ ਰਹੇ ਨੇ। ਇਸ ਵਾਰੀ ਇਹ ਯਤਨ ਜਿਹੜੇ ਆ ਉਹ ਸਫਲ ਹੋ ਸਕਦੇ ਨੇ। ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਹੋਰੀ ਜਿਹੜੇ ਦੀ ਉਹ ਪੈਰੋਲ ਦੇ ਉੱਤੇ ਰਿਹਾਅ ਕੀਤੇ ਜਾ ਸਕਦੇ ਨੇ। ਉਹਨਾਂ ਦਾ ਇਲਾਜ ਜਿਹੜਾ ਜੀ ਇਸ ਵੇਲੇ ਅੰਮ੍ਰਿਤਸਰ ਦੇ ਵਿੱਚ ਚੱਲ ਰਿਹਾ ਹੈ ਕਿਉਂਕਿ ਉਹ ਦਿਮਾਗੀ ਬਿਮਾਰੀ ਤੋਂ ਪੀੜਿਤ ਨੇ। ਔਰ ਇਹ ਕਿਹਾ ਜਾ ਰਿਹਾ ਜੀ ਕਿ ਜਦੋਂ ਦੇ ਉਹ ਅੰਮ੍ਰਿਤਸਰ ਆਏ ਨੇ ਇੱਥੇ ਪਰਿਵਾਰ ਦੇ ਮੈਂਬਰ ਜਿਵੇਂ ਉਹਨਾਂ ਨੂੰ ਮਿਲਦੇ ਨੇ ਉਹਨਾਂ ਦੀ ਟੇਕ ਕੇਅਰ ਜਿਹੜੀ ਉਹ ਕਰ ਰਹੇ ਨੇ ਉਹਦੇ ਨਾਲ ਉਹਨਾਂ ਦੀ ਹਾਲਤ ਦੇ ਵਿੱਚ ਕਾਫੀ ਫਰਕ ਹੈ। ਜੇ ਹੁਣ ਜਿਹੜਾ ਜੀ ਉਹਨਾਂ ਦੀ ਪੈਰੋਲ ਹੋ ਜਾਂਦੀ ਆ ਅਤੇ ਉਦੋਂ ਬਾਅਦ ਉਹ ਆਪਣੇ ਪਰਿਵਾਰ ਦੇ ਵਿੱਚ ਰਹਿ ਕੇ ਜੇ ਉਹਨਾਂ ਦਾ ਇਲਾਜ ਹੁੰਦਾ ਤਾਂ ਡਾਕਟਰਾਂ ਦਾ ਇਹ ਕਹਿਣਾ ਕਿ ਉਹਨਾਂ ਦੀ ਹਾਲਤ ਜਿਹੜੀ ਆ ਉਹ ਤੇਜ਼ੀ ਦੇ ਨਾਲ ਫਿਰ ਸੁਧਰ ਸਕਦੀ ਹੈ। ਸੋ ਇਸ ਗੱਲ ਦੀ ਉਮੀਦ ਕੀਤੀ ਜਾ ਸਕਦੀ ਹੈ ਕਿ ਟਾਡਾ ਦੀ ਅਦਾਲਤ ਦੇ ਵੱਲੋਂ ਉਹਨਾਂ ਨੂੰ ਬਰੀ ਕੀਤੇ ਜਾਣ ਤੋਂ ਬਾਅਦ ਹੁਣ ਉਹਨਾਂ ਦੀ ਜਿਹੜੀ ਪੈਰੋਲ ਹੈ ਉਹ ਹੋਣ ਦੇ ਚਾਂਸਸ ਜਿਹੜੇ ਨੇ ਉਹ ਬਣ ਗਏ ਨੇ ਜੀ। ਅਤੇ ਅੱਗੇ ਆਪਾਂ ਪੰਜਾਬ ਸਰਕਾਰ ਦੀ ਗੱਲ ਕਰੀਏ, ਇਹਨਾਂ ਦੀ ਭਰਤੀ ਮੁਹਿੰਮ ਕਿੱਥੇ ਤੱਕ ਪਹੁੰਚੀ ਹੈ? ਕਿਉਂਕਿ ਇਹ ਕਿਹਾ ਜਾ ਰਿਹਾ ਜੀ ਕਿ ਭਰਤੀ ਜਿਹੜੀ ਆ ਉਹ ਹੋਣੀ ਆ। ਵੈਸੇ ਦੂਜਾ ਇਹਦਾ ਪੱਖ ਇਹ ਆ ਕਿ ਚਾਹੇ ਉਹ ETT ਵਾਲੇ ਹੋਣ ਅਤੇ ਚਾਹੇ ਇੱਥੇ ਬੇਰੁਜ਼ਗਾਰ ਜਿਹੜੀ ਲਾਈਨਮੈਨ ਜਿਹੜੇ ਹੋਣ ਜੀ ਉਹ ਤਾਂ ਬੈਠੇ ਨੇ ਦੇਰ ਤੋਂ ਭੁੱਖ ਹੜਤਾਲ ਦੇ ਉੱਤੇ ਜੀ, ਉਹਨਾਂ ਨੂੰ ਕੋਈ ਨਹੀਂ ਪੁੱਛ ਰਿਹਾ ਜੀ ਜਿਨ੍ਹਾਂ ਦੀਆਂ ਭਰਤੀਆਂ ਹੋਈਆਂ ਵੀ ਹੋਈਆਂ ਨੇ। ਪਰ ਇਹ ਕਹਿੰਦੇ ਜੀ ਨਵੀਆਂ ਭਰਤੀਆਂ ਜਿਹੜੀਆਂ ਉਹ ਹੋਣੀਆਂ ਨੇ। 125,000 ਮੁਲਾਜ਼ਮਾਂ ਨੂੰ ਭਰਤੀ ਕਰਨ ਦੀ ਜਿਹੜੀ ਮੁਹਿੰਮ ਹੈ ਉਹ ਹਾਲ ਦੀ ਘੜੀ ਤਾਂ ਮੁੱਢਲੇ ਜਿਹੜਾ ਦੌਰ ਆ ਉਹਦੇ ਵਿੱਚ ਹੀ ਠੁੱਸ ਹੋ ਗਈ ਆ। ਪੇਪਰ ਜਿਹੜਾ ਜੀ ਉਹ ਲੀਕ ਹੋਣ ਦੀ ਅਫਵਾਹ ਦੇ ਕਰਕੇ ਜੀ ਮੈਰਿਟ ਸੂਚੀ ਦੇ ਵਿੱਚ ਆਏ ਜਿਹੜੇ 682 ਨੌਜਵਾਨ ਨੇ ਉਹਨਾਂ ਦਾ ਜਿਹੜਾ ਫਿਊਚਰ ਆ ਜੀ ਉਹ ਦਾਅ ਦੇ ਉੱਤੇ ਲੱਗ ਗਿਆ। ਸਿੰਚਾਈ, ਮਾਲ ਪੰਚਾਇਤ ਅਤੇ ਜਿਹੜੀਆਂ ਸਥਾਨਕ ਸਰਕਾਰ ਵਿਭਾਗ ਆ ਉਹਦੇ ਸਣੇ ਪੂਡਾ ਦੀਆਂ ਭਰਤੀਆਂ ਨੂੰ ਬ੍ਰੇਕਾਂ ਜਿਹੜੀਆਂ ਜੀ ਉਹ ਲੱਗ ਗਈਆਂ ਨੇ। ਸਰਕਾਰ ਦੇ ਵੱਲੋਂ ਆਉਂਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 125,000 ਜਿਹੜੀਆਂ ਅਸਾਮੀਆਂ ਨਵੀਆਂ ਭਰਤੀ ਕਰਨ ਦਾ ਜਿਹੜਾ ਮਿੱਥਿਆ ਟੀਚਾ ਸੀਗਾ ਜੀ ਉਹ ਕਿਸ ਪਾਸੇ ਵੱਲ ਨੂੰ ਜਾਊਗਾ ਇੱਥੋਂ ਹੀ ਤੁਸੀਂ ਅੰਦਾਜ਼ਾ ਜਿਹੜਾ ਜੀ ਉਹ ਲਾ ਸਕਦੇ ਹੋ। ਜਿਹੜੀ ਭਰਤੀ ਲਈ ਪ੍ਰੀਖਿਆ ਪੰਜਾਬ ਯੂਨੀਵਰਸਿਟੀ ਕੋਲੋਂ ਕਰਵਾਈ ਜਾਂਦੀ ਆ, ਔਰ ਪਿਛਲੇ ਸਮੇਂ ਪੇਪਰ ਲੀਕ ਹੋਣ ਦੀ ਅਫਵਾਹ ਕਰਕੇ ਵੱਖ ਵੱਖ ਵਿਭਾਗਾਂ ਦੀ ਜਿਹੜੀ ਭਰਤੀ ਪ੍ਰਕਿਰਿਆ ਸੀ ਰੋਕ ਕੇ ਇਹਦੀ ਵਿਜੀਲੈਂਸ ਬਿਊਰੋ ਕੋਲੋਂ ਜਾਂਚ ਕਰਵਾਈ ਜਾ ਰਹੀ ਆ। ਔਰ ਜਿੱਥੇ ਵਿਭਾਗਾਂ ਦੀ ਭਰਤੀ ਪ੍ਰਕਿਰਿਆ ਅੱਧ ਵਿਚਾਲੇ ਰੋਕੀ ਆ ਜੀ ਉੱਥੇ ਸਥਾਨਕ ਸਰਕਾਰ ਵਿਭਾਗ ਦੇ ਵਿੱਚ 682 ਜਿਹੜੇ ਕਲੀਅਰ ਕਰ ਗਏ ਸੀ ਉਮੀਦਵਾਰ ਉਹਨਾਂ ਦੀਆਂ ਨਿਯੁਕਤੀਆਂ ਵੀ ਜਿਹੜੀਆਂ ਜੀ ਉਹ ਰੁਕ ਗਈਆਂ ਨੇ। ਭਾਵ ਕਿ ਗੱਲ ਉੱਥੇ ਹੀ ਜਿਹੜੀ ਇਹਨਾਂ ਦੀ ਉਹ ਖੜੀ ਆ, ਉਹ ਸਰਕਾਰ ਨੂੰ ਵੀ ਪਤਾ ਕਿ ਇਹ ਕਿਸ ਪਾਸੇ ਵੱਲ ਨੂੰ ਜਾਣੀ ਆ, ਪਰ ਉਹ ਇਹ ਸਮਝਦੀ ਆ ਕਿ ਅਸੀਂ ਇਸ ਚੀਜ਼ ਦਾ ਕ੍ਰੈਡਿਟ ਲੈ ਲਈਏ ਕਿ ਅਸੀਂ ਜਿਹੜੀ ਭਰਤੀ ਕਰ ਦਿੱਤੀ ਸੀ ਆ ਹੁਣ ਜੇ ਕੋਈ ਅਦਾਲਤ ਦੇ ਵਿੱਚ ਲੈ ਗਿਆ ਜਾਂ ਪਰਚਾ ਲੀਕ ਹੋਣ ਦੀ ਗੱਲ ਹੋ ਗਈ ਆ ਤਾਂ ਇਹਦਾ ਸਾਡਾ ਜਿਹੜਾ ਜੀ ਉਹ ਕਸੂਰ ਨਹੀਂ ਗਾ, ਇਹ ਮੂਰਖ ਬਣਾਉਣ ਵਾਲੀ ਗੱਲ ਹੈ ਜੀ। ਅਸਲ ਦੇ ਵਿੱਚ ਜਿਹੜੇ ਕੰਮ ਪ੍ਰਾਇਓਰਟੀ 'ਤੇ ਕਰਨ ਵਾਲੇ ਨੇ ਉਹ ਚਾਹੇ ETT ਵਾਲੇ ਨੇ ਚਾਹੇ ਲਾਈਨਮੈਨ ਨੇ ਬੇਰੁਜ਼ਗਾਰ ਜਿਹੜੇ ਜੀ ਉਹਨਾਂ ਨੂੰ ਜਿਹੜਾ ਜੀ ਜਿਨ੍ਹਾਂ ਦੀਆਂ ਭਰਤੀਆਂ ਹੋਈਆਂ ਹੋਈਆਂ ਨੇ ਪਹਿਲਾਂ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ, ਉਹਨਾਂ ਨੂੰ ਨੌਕਰੀਆਂ ਜਿਹੜੀਆਂ ਜੀ ਉਹ ਦਿੱਤੀਆਂ ਜਾਣ। ਪਰ ਅੱਗਾ ਦੌੜ ਅਤੇ ਪਿੱਛਾ ਚੌੜ ਵਾਲੀ ਕਹਾਣੀ ਜਿਹੜੀ ਉਹ ਇੱਥੇ ਵਰਤਾਈ ਜਾ ਰਹੀ ਹੈ ਜੀ। ਜੀ ਬਿਲਕੁਲ। ਅਤੇ ਆਪਾਂ ਗੁਰਦੁਆਰਾ ਸਾਹਿਬ ਸੀਸਗੰਜ ਦੀ ਗੱਲ ਕਰੀਏ, ਦਿੱਲੀ ਦੇ ਵਿੱਚ ਉੱਥੇ MCD ਨੇ ਥੜਾ ਤੋੜਿਆ। ਚਲੀ ਜੀ ਕੱਲ੍ਹ ਦਾ ਕਾਫੀ ਜਿਹੜਾ ਜੀ ਵਿਵਾਦ ਪੱਖ ਰਿਹਾ
सोशल मीडिया के उत्ते भी तो इतों के मीडिया के भी जी एटलीस्ट सवेरे कल सवेरे जरा जी बिना किसी नोटिस दे जी एम सी डी जी है म्यूनसिपल कारपोरेशन दिल्ली उन्हें जे सी बी मशीन जो लिया के थड़ा जरा तोड़ना शुरू करता दिल्ली की पुलिस वही गिनती दे नाल सी और थड़ा जरा यह तोड़ दिता गया सोशल मीडिया के राही वट्सएप से दूजे तीजे जे ग्रुप ने उन्होंने राही जरा जी लोगों सुने दिता गया और वड्डी गिनती दे विच संगत जिहड़ी सी ओह एकत्र हो गई सीसगंज दे बाहर और उत्थे फिर जिहड़ा जी वाद वाद होना शुरू होया हालांकि पुलिस जिहड़ी सी ते एम सी डी जिहड़ा प्रशासन सीगा जी ओह थड़ा तोड़ के चले गए लोग जिहड़े सी उन्होंने इकट्ठे हो के इस थड़े नूं फिर जिहड़ा जी ओह बणा दिता हुण एम सी डी जिहड़ी आ जी उत्थे हैगा बीजेपी दा कब्जा तो जिहड़ी दिल्ली सिख मैनेजमेंट कमेटी आ जी ओह है जी बादल दल दे कब्जे दे हेठ एम जिहड़े एम सी डी की इस कार्रवाई तो बाद पहला तो दिल्ली सिख मैनेजमेंट जिहड़ी कमेटी सी ओह चुप कर गई कि बीजेपी के खिलाफ जिहड़ा जी ओह किवें बोलिया जाए बाद दे विच जिहड़ा सीगा जी जदों थड़ा बन गया फिर उन्होंने ये गल आखी जी कि दिल्ली सरकार ने करवाया तो खास तौर के उत्ते अलका लांबा के उत्ते जिहड़ा जी वह दोष मढ़िया गया कि उन्हें जिहड़ी परमिशन दित्ती है जदों के यह जिहड़ी हदबंदी आउंदी है जी एम सी डी दे अंदर दिल्ली सिख मैनेजमेंट कमेटी जी कहती है सानू कोई नोटिस जिहड़ा जी ये संबंध में नहीं दिता गया जदों के एम सी डी जी वो मनी जाती है कि असी यह तुड़वाया और वो ये भी कहती है जी कि संबंधी असी नोटिस जिहड़े वो दिते सीगे पर इन्हां नोट ਦੀ ਜਿਹੜੀ ਆ ਜੀ ਉਹ ਕੋਈ ਪਰਵਾਹ ਨਹੀਂ ਕੀਤੀ ਗਈ ਜਿਹੜੇ ਜਿਹੜੀਆਂ ਕੁਝ ਸਿੱਖ ਜਥੇਬੰਦੀਆਂ ਨੇ ਦਿੱਲੀ ਦੇ ਵਿੱਚ ਉਹ ਇਹ ਕਹਿੰਦੀਆਂ ਨੇ ਕਿ ਇਹਦੇ ਪਿੱਛੇ ਕਿਤੇ ਨਾ ਕਿਤੇ ਪਾਣੀ ਵੇਚਣ ਵਾਲਾ ਜਿਹੜਾ ਵੱਡਾ ਇੱਕ ਮਾਫੀਆ ਹੈ ਉਹ ਸ਼ਾਮਿਲ ਹੈ ਕਿਉਂਕਿ ਉਹ ਨਹੀਂ ਚਾਹੁੰਦੇ ਕਿ ਗਰਮੀ ਦੇ ਮੌਕੇ ਕੋਈ ਫ੍ਰੀ ਜਿਹੜਾ ਪਾਣੀ ਹੈ ਜਿਹੜੀ ਛਬੀਲ ਇੱਥੇ ਲੱਗਦੀ ਆ ਉਹ ਲਾਈ ਜਾਵੇ ਅਤੇ ਉਹਨਾਂ ਦੇ ਪਾਣੀ ਦੀ ਵਿਕਰੀ ਜਿਹੜੀ ਆ ਉਹ ਘੱਟ ਹੋਵੇ ਕਿਤੇ ਨਾ ਕਿਤੇ ਹੋ ਸਕਦਾ ਜੀ ਇਹਨਾਂ ਗੱਲਾਂ ਦੇ ਵਿੱਚ ਵੀ ਕੋਈ ਸੱਚਾਈ ਹੋਵੇ ਬਿਲਕੁਲ ਜੀ ਬਿਜ਼ਨਸ ਵਾਲੇ ਜਾਂ ਜਿਹੜੇ ਕੁਛ ਨਾ ਕੁਛ ਜ਼ਰੂਰ ਸੋਚਦੇ ਰਹਿੰਦੇ ਅੱਗੇ ਆਪਾਂ ਪੀਲੀਭੀਤ ਕਾਂਡ ਦੀ ਜੇ ਗੱਲ ਕਰੀਏ ਜਸਟਿਸ ਸੋਢੀ ਹੁਣਾਂ ਦੀ ਜਿਹੜੀ ਮਿਹਨਤ ਆ ਉਹ ਰੰਗ ਲਿਆਈ ਬਿਲਕੁਲ ਜੀ ਇਹਦਾ ਜ਼ਿਕਰ ਜਿਹੜਾ ਮੈਂ ਦੀ ਉਹ ਘੱਟ ਹੋ ਰਿਹਾ ਪਰ ਐਕਚੁਲੀ ਇਹ ਜਿਹੜਾ ਮਾਮਲਾ ਸੀਗਾ ਜੀ ਜੇ ਚੁੱਕਿਆ ਗਿਆ ਇੱਥੋਂ ਤੱਕ ਆ ਗਿਆ ਬੇਸ਼ੱਕ ਦੇਖੋ ਟਾਈਮ ਬਹੁਤ ਲੱਗ ਗਿਆ 25 ਸਾਲ ਦਾ ਸਮਾਂ ਥੋੜ੍ਹਾ ਨਹੀਂ ਹੁੰਦਾ 2.5 ਦਹਾਕੇ ਜਿਹੜੇ ਸੀਗੇ ਉਹ ਲੱਗ ਗਏ ਕਿਵੇਂ ਭੁਗਤੇ ਹੋਣਗੇ ਉਹਨਾਂ ਪਰਿਵਾਰਾਂ ਨੇ ਜਿਨ੍ਹਾਂ ਦੇ 10 ਜੀ ਜਿਹੜੇ ਸੀਗੇ ਜੀ ਇਹ ਕਹਿ ਕੇ ਮਾਰ ਦਿੱਤੇ ਗਏ ਸੀਗੇ ਕਿ ਇਹ ਖਤਰਨਾਕ ਅੱਤਵਾਦੀ ਨੇ ਬੱਸ ਦੇ ਵਿੱਚੋਂ ਜਿਹੜਾ ਸੀਗਾ ਜੀ ਲਿਜਾ ਕੇ ਤੋ ਉਹਨਾਂ ਨੇ ਬੜੀ ਲੰਬੀ ਲੜਾਈ ਜਿਹੜੀ ਆ ਜੀ ਇਸ ਮਾਮਲੇ ਦੇ ਵਿੱਚ ਲੜੀ ਹੈ ਪਰ ਅਸਲ ਦੇ ਵਿੱਚ ਇਹ ਲੜਾਈ ਤਾਂ ਲੜੀ ਜਾ ਸਕੀ ਕਿਉਂਕਿ ਹੁਣ ਜਿਹੜੇ ਸਾਬਕਾ ਜਸਟਿਸ ਨੇ ਜੀ ਸੋਢੀ ਸਾਹਿਬ ਜਿਹੜੇ ਆਰ ਐੱਸ ਸੋਢੀ ਉਹਨਾਂ ਦੀ ਵਜ੍ਹਾ ਕਰਕੇ ਇਹ ਜਿਹੜਾ ਜੀ ਇਹ ਪੋਸੀਬਲ ਹੋ ਸਕਿਆ ਜਸਟਿਸ ਆਰ ਐੱਸ ਸੋਢੀ ਹੋਰਾਂ ਦੇ ਵੱਲੋਂ ਚੁੱਕਿਆ ਗਿਆ ਇਹ ਕੋਈ ਪਹਿਲਾ ਮਾਮਲਾ ਨਹੀਂ ਉਹ ਅਕਸਰ ਜਨਹਿਤ ਪਟੀਸ਼ਨਾਂ ਜਿਹੜੀਆਂ ਜੀ ਉਹ ਪਾਉਂਦੇ ਰਹਿੰਦੇ ਨੇ ਜਿਹੜਾ ਜਸਵੰਤ ਸਿੰਘ ਖਾਲੜਾ ਹੋਰਾਂ ਦੀ ਗੁੰਮਸ਼ੁਦਗੀ ਵਾਲਾ ਮਾਮਲਾ ਸੀਗਾ ਬਿਆਸ ਕਤਲਕਾਂਡ ਸੀਗਾ ਜਾਂ ਜਿਹੜੇ ਧਰਮੀ ਫੌਜੀ ਸੀ ਉਹਨਾਂ ਦੇ ਮਾਮਲਿਆਂ ਦੇ ਬਾਰੇ ਵੀ ਜਨਹਿਤ ਪਟੀਸ਼ਨਾਂ ਜਸਟਿਸ ਆਰ ਐੱਸ ਸੋਢੀ ਹੋਰਾਂ ਨੇ ਹੀ ਪਾਈਆਂ ਸੀਗੀਆਂ ਜੀ ਇਸ ਤੋਂ ਇਲਾਵਾ ਜੈਸਿਕਾ ਲਾਲ ਕਤਲਕਾਂਡ ਨੈਨਾ ਸਾਹਨੀ ਕਤਲਕਾਂਡ ਪ੍ਰਿਆ ਦਰਸ਼ਨੀ ਮੱਟੂ ਕਤਲਕਾਂਡ ਇਹ ਵੀ ਉਹਨਾਂ ਨੇ ਹੀ ਜਿਹੜੇ ਡਿਵੀਜ਼ਨਲ ਬੈਂਚ ਉਹਦੇ ਮੁਖੀ ਸਨ ਔਰ ਬੜੇ ਚਰਚਿਤ ਹੋਏ ਸਨ ਜੀ ਉਹਨਾਂ ਦੇ ਵੱਲੋਂ ਲਏ ਗਏ ਜਿਹੜੇ ਉਹ ਫੈਸਲੇ ਤੋ ਇਸ ਗੱਲ ਦੀ ਜਿਹੜੇ ਉਹਨਾਂ ਜੀ ਕ੍ਰੈਡਿਟ ਜ਼ਰੂਰ ਆਰ ਐੱਸ ਸੋਢੀ ਹੋਰਾਂ ਨੂੰ ਜਾਂਦਾ ਹੈ ਕਿ ਬੇਸ਼ੱਕ ਦੇਰ ਦੇ ਨਾਲ ਹੀ ਇਹ ਜਿਹੜਾ ਜੀ ਉਹ ਫੈਸਲਾ ਆਇਆ ਲੋ ਪਰ ਫਿਰ ਵੀ ਇਹਦੇ ਵਿੱਚ ਉਹਨਾਂ ਦੀ ਬਹੁਤ ਵੱਡੀ ਜਿਹੜੀ ਹੈ ਜੀ ਉਹ ਰੋਲ ਆ ਐਕਚੁਲੀ ਜਿਹੜਾ ਪੁਆਇੰਟ ਇਹਦੇ ਵਿੱਚ ਉਹਨਾਂ ਨੇ ਉਠਾਇਆ ਸੀਗਾ ਨਾ ਜਿਹੜੀ ਪਟੀਸ਼ਨ ਜਨਹਿਤ ਪਾਈ ਸੀ ਕਿਉਂਕਿ ਪੁਲਿਸ ਨੇ ਇਹ ਕਿਹਾ ਸੀਗਾ ਕਿ ਇਹਨਾਂ ਇਹ ਜਿਹੜੇ ਨੌਜਵਾਨ ਮਾਰੇ ਗਏ ਸੀਗੇ ਜੀ ਇਹਨਾਂ ਦੀ ਸੁੰਨਤ ਕੀਤੀ ਹੋਈ ਸੀ ਔਰ 11 ਜਿਹੜੀਆਂ ਸਿੱਖਾਂ ਦੀਆਂ ਲਾਸ਼ਾਂ ਬਗੈਰ ਪੋਸਟਮਾਰਟਮ ਤੋਂ ਖੁਰਦਬੁਰਦ ਕਰਤੀਆਂ ਗਈਆਂ ਸੀਗੀਆਂ ਅਦਾਲਤ ਦੇ ਵਿੱਚ ਕੋਈ ਹੋਰ ਹੀ ਪੋਸਟਮਾਰਟਮ ਦੀ ਰਿਪੋਰਟ ਜਿਹੜੀ ਉਹ ਪੇਸ਼ ਕਰ ਦਿੱਤੀ ਗਈ ਸੀ ਔਰ ਉਹਨਾਂ ਨੇ ਇਹ ਝੂਠ ਦਾ ਪਲੰਦਾ ਜਿਹੜਾ ਖੋਲ੍ਹਿਆ ਅਤੇ ਫਿਰ ਸੁਪਰੀਮ ਕੋਰਟ ਨੇ ਇਹ ਮਾਮਲਾ ਜਿਹੜਾ ਸੀਗਾ ਜੀ ਉਹ CBI ਨੂੰ ਦਿੱਤਾ ਔਰ CBI ਨੇ ਜਿਹੜਾ ਸੀਗਾ ਜੀ ਬੇਸ਼ੱਕ ਟਾਈਮ ਲਾ ਦਿੱਤਾ ਪਰ 47 ਪੁਲਿਸ ਵਾਲੇ ਜਿਹੜੇ ਨੇ ਜੀ ਇਹਦੇ ਵਿੱਚ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਜੀ ਜੀ ਅਤੇ ਅਖੀਰ ਵਿੱਚ ਹਾਜ਼ਨਾਵਾ ਕਿ ਸੁਣਿਆ ਕਣਕ ਦੀ ਲੱਗੀ ਹੁਣ ਹੋਣ ਵਾਢੀ ਅਨਾਜ ਘਰੀਂ ਕਿਸਾਨਾਂ ਦੇ ਆਉਣ ਵਾਲਾ ਸੁਣਿਆ ਕਣਕ ਦੀ ਲੱਗੀ ਹੁਣ ਹੋਣ ਵਾਢੀ ਅਨਾਜ ਘਰੀਂ ਕਿਸਾਨਾਂ ਦੇ ਆਉਣ ਵਾਲਾ ਕਰ ਲਊ ਕੰਮ ਕੰਬਾਈਨ ਹੀ ਬੰਦਿਆਂ ਦਾ ਘੁੰਗਰੂ ਦਾਤੀ ਨੂੰ ਕੋਈ ਨਹੀਂ ਲਾਉਣ ਵਾਲਾ ਅੜੇ ਥੁੜੇ ਤੋਂ ਬਿਨਾਂ ਕੋਈ ਹੋਰ ਕਿੱਧਰੇ ਦੰਦੇ ਦਾਤੀ ਦੇ ਨਹੀਂ ਕਢਵਾਉਣ ਵਾਲਾ ਪਰ ਨਹੀਂ ਬਦਲਣੀ ਮੰਡੀ ਦੀ ਰੀਤ ਹਾਲੇ ਫਰਕ ਰਤਾ ਨਹੀਂ ਪੈਣ ਪਵਾਉਣ ਵਾਲਾ ਕਣਕ ਕਿਸੇ ਨਹੀਂ ਤੁਲਣੀ ਦਿਨ ਚਿੱਟੇ ਡੁੱਬ ਗਏ ਸੂਰਜ ਤੋਂ ਫੇਰ ਤਲਾਈ ਜਾਣੀ
ਕਣਕ ਕਿਸੇ ਨਹੀਂ ਤੋਲਣੀ ਦਿਨ ਚਿੱਟੇ ਡੁੱਬ ਗਏ ਸੂਰਜ ਤੋਂ ਫੇਰ ਤਲਾਈ ਜਾਣੀ ਪੈਗ ਪਹਿਲਾਂ ਕਿਸਾਨ ਨੂੰ ਲਾਉਣ ਲਾ ਕੇ ਪਿੱਛੋਂ ਕਲਾ ਫਿਰ ਕੁੱਲ ਵਰਤਾਈ ਜਾਣੀ ਜੀ ਜੀ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ ਜੀ ਥੈਂਕ ਯੂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਰੋਤੇ ਸਨ ਬਲਤੇਜ ਪੰਨੂ ਹੁਣ ਮੈਂ ਵੀ ਅਗਲੇ ਬੁਲਟਨ ਤੱਕ ਆਪ ਤੋਂ ਇਜਾਜ਼ਤ ਲੈਂਦੀ ਹਾਂ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ